ये सुधीर सूरी की हत्या हुई है, जिस एफ आई आर तुहाडा नाम पाउण दी जदों सरकार द्वारा शर्त मनी गई तां उन्होंने उहदा संस्कार करन दी गल मनी, डेरा प्रेमी की हत्या हुई है, इन्हां नूं किस नज़रिए नाल वेखदे हो कि पंजाब सही पासे जा रहा है जां इह जिवें आपां कहिंदे ने कि शॉर्ट टाइम वास्ते कुछ चीज़ां वापर जांदियां ने पर लंबा टाइम नहीं इंपैक्ट पैंदा उन्हां दा। क्यों मैं एक थोड़ा जिहा गल जोड़ांगा, लोग कंपेयर कर रहे हैं कि 79 च इस तरह दी हत्यावां हुंदियां ने, लाला जगन नारायण की हत्या हुंदी है, तो उस तरह 2022 च जाके फिर उस तरह का ही वर्तारा वापर रहा। उस पासे कौम जिहड़ी वेख रही सी, पंथ वेख रहा सी संत भिंडरांवाले वल, अज पंथ तुहाडे वल वेखण दी आपां उस पासे राह च तुरिया मन सकदे हां। देखो एक तो जी एक तो उन्हें एफ आई आर ना पाउण तो मने नहीं, जी प्रशासन ने बाद क्लैरिफिकेशन दिता इन्वेस्टिगेशन जिहदा ना आऊगा वह पा देंगे। दूजी गल देखो हत्यावान ये बेदबी वाले मसले मैं कहना सतवां कतल सी, यस मेरे इतने मौजूद तो एक ही कतल होया, यदा मतलब ये भी कतल कदे रुके नहीं, क्यों नहीं रुके, वो इस करके नहीं रुके भी जिहड़ा जस्टिस सिस्टम हुंदा है। देखो बंदे दे विच ते स्टेट च फर्क हुंदा है, एस्टैबलिशमेंट च भी स्टेट जिहड़ी है वह उहदे कोल पावर है बंदे नूं जस्टिस देण दी, जदों वह दिंदी रहिंदी है तो बंदा किसी गलत पासे नहीं तुरदा, उहनूं गलत पासे तों भाव है भी वह अपने हत्थ च नहीं लैंदा कुछ भी, जो बहाना बनाती है अदालतों का। पर ओ अदालत देखो जिहड़ी एक लॉ भी बनिया कहिंदे कॉन्स्टिट्यूशन सारे नूं इक्वल कहिंदा, पर सवाल यह आउंदा भी जिहड़ी कॉन्स्टिट्यूशन की इंपोजिशन होनी है ग्राउंड लैवल दे उत्ते ਉਹ ਇਕਵਲ ਹੈਗੀ ਕਿ ਨਹੀਂ ਹੈਗੀ। ਜਿਹੜੇ ਸਿੱਖਾਂ ਨਾਲ ਵਿਤਕਰਿਆਂ ਦੀ ਦਾਸਤਾਨ ਐਡੀ ਲੰਮੀ, ਉਹਦੇ ਨਾਲ ਇਹ ਕਿਤੇ ਨਾ ਕਿਤੇ ਕੌਮ 'ਚ ਇਹ ਬਹੁਤ ਵੱਡਾ ਭਾਵ ਹੈ ਵੀ ਸਾਨੂੰ ਇੱਥੇ ਇਨਸਾਫ਼ ਨਹੀਂ ਮਿਲਦਾ। ਹੁਣ ਜਿਹੜੀ ਕੌਮ ਨੂੰ ਇਨਸਾਫ਼ ਨਾ ਮਿਲੇ ਅਤੇ ਕ੍ਰਾਈਮ ਇਹ ਨਹੀਂ ਵੀ ਇੱਕ ਵਾਰੀ ਹੋ ਗਿਆ ਬਦਬੀ ਦਾ ਅਤੇ ਬਾਅਦ 'ਚ ਰੁਕ ਗਿਆ, ਇਹ ਕੰਟੀਨਿਊ ਚੱਲ ਰਿਹਾ ਕ੍ਰਾਈਮ ਹੈ, ਅਤੇ ਸਿੱਖਾਂ ਵਾਸਤੇ ਤੋਂ ਵੱਡਾ ਕੋਈ ਕ੍ਰਾਈਮ ਨਹੀਂ ਹੋ ਸਕਦਾ। ਉਹਦੇ ਮਸਲੇ 'ਚ ਜਦੋਂ ਕੋਈ ਕਤਲ ਹੁੰਦਾ ਜਾਂ ਕੁਛ ਹੁੰਦਾ ਹੈ ਤਾਂ ਇਹ ਸਟੇਟ ਦਾ ਫੇਲੀਅਰ ਹੈ, ਕਿਉਂਕਿ ਜੇ ਸਟੇਟ ਨੇ ਇਹਦੀ ਸੀਰੀਅਸਨੈਸ ਨੂੰ ਪਛਾਣਿਆ ਹੁੰਦਾ ਵੀ ਐਡਾ ਵੱਡਾ। ਹੁਣ ਦੇਰਾਂ ਪ੍ਰੇਮੀਆਂ ਨੇ ਇੱਕ ਬਿਆਨ ਦਿੱਤਾ, ਉਹ ਕਹਿੰਦੇ ਵੀ ਪਹਿਲਾਂ ਸਾਨੂੰ ਵਰਤਿਆ ਗਿਆ, ਹੁਣ ਸਟੇਟ ਸਾਡੀ ਬਾਂਹ ਨਹੀਂ ਫੜਦੀ, ਮਤਲਬ ਡੇਰਾ ਪ੍ਰੇਮੀ ਜਿਹੜੇ ਸੀ ਉਹ ਵਰਤੇ ਗਏ, ਕਿੰਨੇ ਉਹਨਾਂ ਨੂੰ ਵਰਤਿਆ, ਇਹ ਕੀ ਪਾਲਿਸੀ ਸੀ, ਕਿਉਂ ਤਿਆਰ ਕੀਤੀ ਗਈ, ਇਹ ਸਾਰਾ ਕੁਝ ਸਾਨੂੰ ਸਮਝਣ ਦੀ ਲੋੜ ਹੈ। ਇਹਦੇ ਵਿੱਚ ਇਹੋ ਹੀ ਹੈ ਵੀ ਸਿੱਖਾਂ ਨੂੰ ਅਹਿਸਾਸ ਕਰਾਇਆ ਜਾ ਰਿਹਾ ਵੀ ਤੁਸੀਂ ਗੁਲਾਮ ਜੋ, ਹੁਣ ਜੇ ਕੋਈ ਕੱਲ੍ਹ ਨੂੰ ਸਾਡੇ 'ਤੇ ਆਣ ਕੇ ਸਿਰ ਦੇ ਵਿੱਚ ਕੋਈ ਜੁੱਤੀਆਂ ਮਾਰਨ ਲੱਗ ਪਵੇ ਤਾਂ ਸਾਨੂੰ ਗਾੜੀਓ ਕਹੋ ਵੀ ਤੁਸੀਂ ਭੜਕਣਾ ਨੀਗਾ, ਵੀ ਕਿਉਂਕਿ ਇਹ ਤਾਂ ਤੁਹਾਨੂੰ ਭੜਕਾਉਣਾ ਚਾਹੁੰਦਾ। ਇੱਕ ਹਰ ਚੀਜ਼ ਦੀ ਇੱਕ ਸੀਮਾ ਹੈ, ਮਤਲਬ ਕਿਸੇ ਮੌਕੇ 'ਤੇ ਭੜਕ ਜਾਣਾ ਵੀ ਜ਼ਰੂਰੀ ਹੁੰਦਾ। ਸੋ ਇਹ ਜਿਹੜੇ ਕੰਮ ਹੋ ਰਹੇ ਨੇ ਇਹਦਾ ਦੋਸ਼ ਸਟੇਟ 'ਤੇ, ਜਿਹੜੇ ਬੰਦੇ ਹੁਣ 7 ਸਾਲ ਬੋਲੇ ਨਹੀਂ, ਸਿੱਖਾਂ ਨੇ ਧਰਨੇ ਵੀ ਲਾਏ, ਗੋਲੀਆਂ ਵੀ ਖਾਧੀਆਂ, ਆਪਣੇ ਗੁਰੂ ਦਾ ਇਨਸਾਫ ਲੈਣ ਲਈ ਅਸੀਂ ਬੰਦੇ ਆਪਣੇ ਸ਼ਹੀਦ ਕਰਾ ਲਏ, ਹੈਂ ਉਦੋਂ ਜਦੋਂ ਬੰਦੇ ਨਹੀਂ ਬੋਲੇ ਇੰਨਾ ਚਿਰ, ਹੁਣ ਉਹ ਬੰਦੇ ਕਹਿਣ ਵੀ ਸਿੱਖਾਂ ਨੂੰ ਆਹ ਕੰਮ ਨਹੀਂ ਸੀ ਕਰਨਾ ਚਾਹੀਦਾ ਜਿਹੜਾ ਕੀਤਾ। ਇਹ ਮਸਲੇ ਦੇ ਉੱਤੇ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਚੁੱਪ ਰਹਿਣਾ ਚਾਹੀਦਾ ਅਤੇ ਸਟੇਟ ਨੂੰ ਅੱਗੇ ਤੋਂ ਸੀਰੀਅਸ ਹੋ ਕੇ ਇਹ ਕੰਸਟਰਕਟਿਵ, ਦੇਖੋ ਸਟੇਟ ਦੇ ਕੋਲ ਲਾਅ ਐਂਡ ਆਰਡਰ ਹੈ, ਲਾਅ ਐਂਡ ਆਰਡਰ ਦੇ ਹੱਥ 'ਚ ਬੰਦੂਕ ਹੈ, ਸਾਰਾ ਕੁਛ ਹੈ, ਪੈਨ ਵੀ ਹੈ ਅਤੇ ਬੰਦੂਕ ਆ ਜਾ ਕੇ ਅਤੇ ਪੈਨ ਦੀ ਜਿਹੜੀ ਆਰਡਰ ਹੈ ਉਹਨੂੰ ਇੰਪੋਜ਼ ਕਰਨ ਲਈ ਵਰਤੋਂ 'ਤੇ ਗੰਨ ਦੀ ਹੁੰਦੀ ਹੈ ਨਾ ਪੁਲਿਸ ਕੋਲ। ਸਿੰਘ ਜੀ ਤੁਸੀਂ ਬਿਲਕੁਲ, ਮੈਂ ਦੇਖੋ ਤੁਸੀਂ ਕਿਉਂਕਿ ਮੇਰੀ ਬੇਨਤੀ ਮੰਨਦੇ ਹੋਏ ਇੰਟਰਵਿਊ ਨੂੰ ਇਹ ਕਿਹਾ ਸੀ ਕਿ ਆਪਾਂ ਸਮਾਂ ਘੱਟ ਲਾਉਣਾ, ਮੈਂ ਇਸੇ ਕਰਕੇ ਜਲਦੀ ਜਲਦੀ ਤੁਹਾਨੂੰ ਟੋਕਣ ਦੀ ਹਾਂ ਕੋਈ ਨਹੀਂ। ਪੰਜਾਬ ਦੇ ਵਿੱਚ ਜਿਹੜੇ ਟੂਲਾਂ ਦੀ ਗੱਲ ਕਰੀਏ, ਜਿਹੜੇ ਪੋਲੀਟੀਸ਼ਨ ਨੇ, ਇਹੀ ਪੰਜਾਬ ਹੈ ਜਿਹਨੇ 84 ਵੇਖਿਆ ਅਤੇ ਉਸ ਤੋਂ 6-7 ਸਾਲਾਂ ਬਾਅਦ ਬੇਅੰਤ ਸਿੰਘ ਦੇ ਰੂਪ 'ਚ ਕਾਂਗਰਸ ਦੀ ਸਰਕਾਰ ਦਿੱਤੀ। ਇੱਕ ਪਾਸੜ ਸਰਕਾਰ ਸੀ, ਅਕਾਲੀ ਦਲ ਤੋਂ ਬਾਈਕਾਟ ਕਰਾ ਤਾ। 1995 'ਚ ਬੇਅੰਤ ਸਿੰਘ ਦੀ ਹੱਤਿਆ ਹੁੰਦੀ ਹੈ, ਕਿਹਾ ਜਾਂਦਾ ਹੈ ਕਿ ਸਿੱਖ ਮੁੰਡਿਆਂ ਦਾ ਘਾਣ ਕੀਤਾ ਬੇਅੰਤ ਸਿੰਘ ਨੇ। 7 ਸਾਲਾਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਰੂਪ 'ਚ ਕਾਂਗਰਸ ਦੀ ਸਰਕਾਰ ਦੇ ਦਿੱਤੀ। ਇਹ ਪੰਜਾਬ ਉਸ ਪਾਰਟੀ ਦੀ ਸਰਕਾਰਾਂ ਵੀ ਲੈ ਜਾਂਦਾ ਭੁੱਲ ਕੇ ਸਾਰਾ ਕੁਝ, ਅਤੇ ਇਹ ਪੰਜਾਬ ਜੇਕਰ ਅਕਾਲੀ ਦਲ ਦੀ ਗੱਲ ਕਰੀਏ, ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ, ਅਤੇ ਉਹਨਾਂ ਦੇ ਉੱਤੇ ਕਰਪਸ਼ਨ ਦਾ ਦੋਸ਼ ਵੀ ਮੜਦਾ ਹੈ ਅਤੇ ਉਹਨਾਂ ਦੀ ਸਰਕਾਰਾਂ ਵੀ ਲੈ ਕੇ ਜਾਂਦਾ ਹੈ, ਜਿਸ ਖਲਾਅ 'ਚੋਂ ਆਮ ਆਦਮੀ ਪਾਰਟੀ ਦੇਖੋ ਇਹਨਾਂ ਟੂਲਾਂ ਨੂੰ ਕਿਸ ਤਰ੍ਹਾਂ ਸੋਚਦੇ ਹੋ, ਕਿਸ ਤਰ੍ਹਾਂ ਡੀਲ ਕੀਤਾ ਕਰਨ ਪੰਜਾਬੀ ਜਾਂ ਪੰਜਾਬ ਦਾ ਵੋਟਰ, ਭਾਵੇਂ ਹਿੰਦੂ ਵੋਟਰ ਹੈ ਜਾਂ ਕੋਈ ਵੋਟਰ ਹੈ। ਦੇਖੋ ਇਹਦੇ 'ਚ ਨਾ ਇੱਕ ਗੱਲ ਹੈ, ਇੱਕ ਤਾਂ ਪੋਲੀਟੀਕਲ ਮਚਿਓਰਿਟੀ ਖਤਮ ਹੋ ਜਾਂਦੀ ਕੌਮਾਂ ਦੀ ਇੱਕ ਸਮੇਂ 'ਤੇ ਆ ਕੇ, ਹੈਂ, ਔਰ ਦੂਜੀ ਗੱਲ ਹੈ ਵੀ ਜਦੋਂ ਅਲਟਰਨੇਟ ਲੈਸ ਈਵਲ ਨੂੰ ਚੁਣਨ ਦੀ ਦੌੜ ਲੱਗ ਜੇ ਵੀ ਘੱਟ ਮਾੜੇ ਨੂੰ ਚੁਣਨਾ, ਮਾੜੇ ਸਾਰੇ ਹੀ ਨੇ, ਉੱਥੇ ਬਹੁਤ ਲੋਕ ਕਨਫਿਊਜ਼ਡ ਹੋ ਜਾਂਦੇ ਨੇ। ਹੁਣ ਕਾਂਗਰਸ ਨੇ ਇਹ ਕੁਛ ਕੀਤਾ, ਪਰ ਪੰਜਾਬ ਦੇ ਲੋਕ ਕਦੀ ਭੁਲੇਖੇ 'ਚ ਨਹੀਂ ਰਹੇ ਵੀ ਇਕੱਲੀ ਕਾਂਗਰਸ ਨਹੀਂ, ਉਹ ਸਾਰਿਆਂ ਨੂੰ ਦੋਸ਼ੀ ਮੰਨਦੇ ਰਹੇ। ਐਕਟਮ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸਮੇਂ ਅਸਤੀਫਾ ਦੇ ਦਿੱਤਾ ਦਰਬਾਰ ਸਾਹਿਬ ਦੇ ਹਮਲੇ 'ਤੇ, ਉਹਦੀ ਉਸ ਗੱਲ ਤੋਂ ਇਮੇਜ ਵੀ ਬਣੀ, ਪਾਣੀ ਦੇ ਮੁੱਦੇ 'ਤੇ ਇੱਕ ਸਮੇਂ ਸਟੈਂਡ ਲੈ ਲਿਆ, ਪਰ ਬਾਅਦ ਜਦੋਂ ਸਰਕਾਰ ਆਈ ਲੋਕਾਂ ਨੇ ਉਹਦਾ ਅਸਲੀ, ਹੁਣ ਤਾਂ ਅਸਲੀ ਰੂਪ ਹੀ ਵੇਖ ਲਿਆ ਵੀ ਇਹ ਹੈ। ਸੋ ਬੰਦਿਆਂ ਦੀ, ਬਹੁਤਿਆਂ ਦੀ ਪਛਾਣ ਹੀ ਸਫ਼ਰ 'ਚੋਂ ਹੋਈ ਹੈ। ਬਹੁਤੇ ਅਕਾਲੀ ਦਲ ਦੇ ਬੰਦੇ ਜਿਹੜੇ ਸੀ ਉਹ ਖਾੜਕੂਵਾਦ 'ਚੋਂ ਮੁੜ ਕੇ ਅਕਾਲੀ ਦਲ 'ਚ ਆਏ, ਹੈਂ, ਉਹ ਅੱਜ ਕਿਹੜੇ ਪਾਸੇ ਖੜ੍ਹੇ ਨੇ ਸਾਰਿਆਂ ਨੂੰ ਪਤਾ ਲੱਗ ਗਿਆ। ਸੋ